पंजाब के साबका मंत्री नवजोत सिंह सिद्धू विसाखी मौके बुर्ज जवाहर सिंह वाला स्थित गुरुद्वारा साहिब विखे नतमस्तक होने पहुंचे। नवजोत सिंह सिद्धू वालों बुर्ज जवाहर सिंह वाला की इस फेरी नूं पूरी तरह गुप्त रखा गया। बुर्ज जवाहर सिंह वाला स्थित गुरुद्वारा साहिब ओही जगह है जिथे बेअदबी की सब तो पहली घटना वापरी सी अते श्री गुरु ग्रंथ साहिब जी का स्वरूप चोरी किया गया सी। नवजोत सिंह सिद्धू की इस फेरी बारे मीडिया नूं उस वक्त जानकारी लगी जदों सिद्धू ने अपने फेसबुक पेज ते इस दे नाल संबंधित एक वीडियो शेयर की। गुरुद्वारा साहिब विच नतमस्तक होण पहुंचे सिद्धू ने कहा कि बुर्ज जवाहर सिंह वाला ओह अज विसाखी मौके बेअदबी की साजिश नूं बेनकाब करन आए ने। सिद्धू ने कहा कि जलियांवाला साके का बदला शहीद उत्तम सिंह ने उस तों लिया सी जिसने गोली चलाउण दा हुक्म दिता सी। गोली चलाउण वालियां तों गोली चलाउण दे हुक्म देण वाला वड्डा गुनहगार है। सिद्धू ने पंजाब सरकार तों मंग कीती कि जिस तरह जस्टिस रणजीत सिंह कमीशन दी रिपोर्ट जनतक कीती गई सी इसी तरह कुंवर विजय प्रताप सिंह वाली SIT अते ड्रग मामले च जांच कर रहे गुरप्रीत सिद्धू दी रिपोर्ट भी जनतक कीती जावे। ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਸੀ। ਜਿਹੜਾ ਗੁਰੂ ਦਾ ਨਾ ਹੋ ਸਕਿਆ ਉਹ ਪੰਜਾਬ ਦਾ ਕੀ ਹੋ। ਗੁਰੂ ਤੇ ਪੰਜਾਬ ਦੀ ਆਤਮਾ ਬਾਈ ਜੀ, ਸ਼ਤਰੰਜ ਦੀ ਇੱਕ ਵਿਸਾਤ ਬਛੀ, ਸ਼ਤਰੰਜ ਦੀ ਇੱਕ ਵਿਸਾਤ ਬਿਛੀ ਹੈ ਤੇ ਜਿਹੜੇ ਹੁਕਮ ਦੇਣ ਵਾਲੇ ਰਾਜਾ ਤੇ ਵਜ਼ੀਰ ਸੀ ਉਹਨਾਂ ਦੀ ਕਿਲਾਬੰਦੀ ਕੀਤੀ ਹੈ, ਉਹਨਾਂ ਨੂੰ ਮਹਿਫੂਜ਼ ਰੱਖਿਆ ਗਿਆ ਤੇ ਵਾਰ ਹੋ ਰਹੇ ਨੇ ਪਿਆਦਿਆਂ ਤੇ, ਕਟਘਰੇ ਚ ਖੜੇ ਕੀਤੇ ਜਾ ਰਹੇ ਨੇ ਪਿਆਦੇ। ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਉਹਦੇ ਦੁੱਖ ਨੇ ਸਾਰੇ ਭਾਰਤ ਦੇ ਹਿਰਦੇ ਬਰੁੰਦ ਤੇ, ਦੇਸ਼ ਇਕੱਠਾ ਹੋ ਗਿਆ, ਨੈਸ਼ਨਲ ਇੰਟੈਗਰੇਸ਼ਨ ਦਾ ਉਹ ਧੁਰਾ ਬਣ ਗਿਆ। ਸ਼ਹੀਦ ਆਜ਼ਮ ਊਧਮ ਸਿੰਘ ਨੇ ਬਦਲਾ ਉਹ ਤੋਂ ਲਿਆ ਸੀ ਜਿਹਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਹੁਕਮ ਦੇਣ ਵਾਲਾ ਵੱਡਾ ਗੁਨਾਹਗਾਰ ਹੈ ਉਹਨਾਂ ਤੋਂ ਜਿਹਨਾਂ ਗੋਲੀ ਚਲਾਈ ਸੀ, ਇਹੀ ਇਨਸਾਫ ਹੈ। ਅੱਜ ਮੈਂ ਇੱਥੇ ਖੜੋ ਕੇ ਇੱਕ ਡਿਮਾਂਡ ਰੱਖਦਾ ਕਿ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਰਵਜਨਿਕ ਕੀਤੀ ਸੀ, ਪਬਲਿਕ 'ਚ ਰੱਖੀ ਗਈ ਸੀ, ਉਸੇ ਤਰ੍ਹਾਂ ਜਿਹੜੀ ਡਰੱਗਜ਼ ਵਾਲੀ ਰਿਪੋਰਟ ਹੈ ਹਰਪ੍ਰੀਤ ਸਿੱਧੂ ਸਾਹਿਬ ਦੀ ਤੇ ਜਿਹੜੀ ਇਸ ਬੇਅਦਬੀ ਕਾਂਡ ਦੀ ਕੁੰਵਰ ਵਿਜੇ ਪ੍ਰਤਾਪ ਜੀ ਦੀ ਰਿਪੋਰਟ ਹੈ ਉਹਨੂੰ ਸਾਰਵਜਨਿਕ ਕੀਤਾ ਜਾਵੇ, ਉਹਨੂੰ ਪਬਲਿਕ 'ਚ ਰੱਖਿਆ ਜਾਵੇ ਔਰ ਲੋਕਾਂ ਸਨਮੁਖ ਕੀਤਾ ਜਾਵੇ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ ਚ ਰੱਖ ਕੇ ਪਬਲਿਕ ਕੀਤੀ ਗਈ ਸੀ। ਭਾਜੀ ਕਾਨੂੰਨ ਕਦੇ ਵੀ ਦੇਖ ਲਿਓ ਤੱਥਾਂ ਦੇ ਆਧਾਰ ਦੇ ਉੱਤੇ ਫੈਸਲੇ ਕਰਦਾ ਹੈ ਤੇ ਜੇ ਤੱਥ ਹੀ ਕਮਜ਼ੋਰ ਹੋਣ ਔਰ ਤੱਥ ਪੇਸ਼ ਕਰਨ ਵਾਲੇ ਕਮਜ਼ੋਰ ਹੋਣ ਤੇ ਫਿਰ ਫੈਸਲੇ ਵੀ ਉਹੀ ਨਹੀਂ ਹੁੰਦੇ। ਅੱਜ ਸਾਰਾ ਪੰਜਾਬ ਪੁੱਛਦਾ ਟੰਕੇ ਦੀ ਚੋਟ ਤੇ ਪੁੱਛਦਾ ਵੀ ਕੀ ਗੁਰੂ ਸਾਹਿਬ ਨਾਲੋਂ ਵੀ ਅਹਿਮ ਕੋਈ ਕੇਸ ਸੀ। ਤੱਥ ਪੇਸ਼ ਕਰਨ ਵਾਲੇ ਵਕੀਲ ਕਮਜ਼ੋਰ ਕਿਉਂ? ਫਿਰ ਦੁਨੀਆ ਦਾ ਸਭ ਤੋਂ ਵੱਡਾ ਵਕੀਲ ਇੱਕ ਨਹੀਂ ਦੋ ਤਿੰਨ ਉੱਥੇ ਕਿਉਂ ਨਹੀਂ ਖੜੇ ਕੀਤੇ? ਇਹ ਅਣਗੌਲੀ ਕਿਉਂ? ਅਰਸੇ ਤੋਂ ਪੰਜਾਬ ਉਡੀਕਦਾ ਸੀ ਇਸ ਫੈਸਲੇ
जून 2015 दे विच शुरू चुराए गए सी ते आ दो महीनों बाद छे साल हो जाएंगे, छे साल ते छे साल पंजाब नू इंसाफ नू उड़ीकदे होंगे।